ਪਹਿਲੇ ਇਸ ਨੂੰ ਕੱਢਿਆ ਜਾਵੇ ਇਸ ਜਮਾਤ ਇਹਦੇ ਰਵੱਈਏ ਦੀ ਵਜ੍ਹਾ ਤੋਂ ਇਹਦੇ ਲਹਿਜੇ ਦੀ ਵਜ੍ਹਾ ਤੋਂ ਇਹਦੇ ਗੁਫਤ ਅੰਦਾਜ਼ ਦੇ ਗੁਫਤਗੂ ਦੀ ਵਜ੍ਹਾ ਨਾਲ ਕਿ ਇਤਨਾ ਭਰਾ ਮਜਮਾ ਇਤਨਾ ਬੜਾ ਇਜਤਮਾ ਇਹ ਹੋ ਰਿਹਾ ਉੱਥੇ ਇਹਨਾਂ ਨੇ ਬਜ਼ੁਰਗਾਂ ਨੇ ਦੀਨ ਆਲਮ ਦੀਨ ਦੀ ਹਤਕ ਕੀਤੀ ਜਿਹੜੇ ਮਸੂਦ ਰਹਿਮਾਨ ਉਸਮਾਨੀ ਸਾਹਿਬ ਕੋਲ ਮਾਈਕ ਹੀ ਖੋਹ ਲਿਆ ਅਤੇ ਮਾਈਕ ਖੋਹ ਕੇ ਆਪਣੀ ਗੁਫਤਗੂ ਇਸ ਨੇ ਸ਼ੁਰੂ ਕੀਤੀ ਜਿਹੜੀ ਇਹ ਇਖਲਾਕਾਂ ਨੂੰ ਵੀ ਇਹ ਕਿਸੇ ਨੂੰ ਵੀ ਫੇਰ ਨਹੀਂ ਦੇਣੀ ਕਿਉਂਕਿ ਉਹ ਸਾਡੇ ਮਹਿਮਾਨ ਹਨ ਫਿਰ ਸਾਡੇ ਆਲਮ ਦੀਨ ਹਨ ਫਿਰ ਸਾਡੀ ਇਜਤਮਾ ਕਿਸ ਗੱਲ ਦਾ ਕਰਾਇਆ ਪਹਿਲੇ ਤਾਂ ਇਹ ਮੈਨੂੰ ਦੱਸਣ ਵੀ ਇਜਤਮਾ ਕਿਹੜੀ ਚੀਜ਼ ਦਾ ਹੋਇਆ ਗਿਆ ਉੱਬੇ ਸਾਹਿਬਾਂ ਦਾ ਹੋਇਆ ਅਜ਼ਮਤ ਸਾਹਿਬਾਂ ਦਾ ਕਿਆ ਸਾਨੂੰ ਸਾਹਿਬਾਂ ਨੇ ਇਹ ਜਿਹੜੀ ਗੁਫਤਗੂ ਸਿਖਾਈ ਹੋਈ ਹੈ ਕਿਆ ਸਾਨੂੰ ਦਾਦਾ ਸੀ ਗੁਫਤਗੂ ਇਖਲਾਸ ਤੂੰ ਵੀ ਹੋਈਆਂ ਇਹ ਕਰੀਏ ਕਰਾਵੀਏ ਜਾਂ ਇਹ ਸਿਆਸੀ ਮੰਜ਼ਰ ਆਏ ਮੈਨੂੰ ਇਸ ਗੱਲ ਦੀ ਵਾਸਤੇ ਪਹਿਲੇ ਗੱਲ ਕਰਨ ਜੇ ਸਿਆਸਤ ਅਜ਼ਮਤ ਸਾਹਿਬਾ ਨਾ ਹੀ ਇਹ ਇਜਤਮਾ ਅਜ਼ਮਤ ਸਾਹਿਬਾ ਵਾਸਤੇ ਨਾ ਹੀ ਕੀਤਾ ਗਿਆ ਤੇ ਫਿਰ ਉਸ ਚੀਜ਼ ਨੂੰ ਸਾਨੂੰ ਵਾਅਦਾ ਤਾਂ ਕੀਤਾ ਜਾਵੇ ਨਾ ਜੀ ਇਹ ਪਹਿਲੇ ਸਾਨੂੰ ਤਾਂ ਇਹ ਚਾਹੀਦਾ ਕਿ ਸਾਡੇ ਬਜ਼ੁਰਗ ਇਸ ਚੀਜ਼ 'ਤੇ ਫੈਸਲਾ ਕਰਨ ਜਮਾਤ ਤੋਂ ਪਹਿਲੇ ਕੱਢਣ ਉਸ ਤੋਂ ਬਾਅਦ ਬੇਸ਼ੱਕ ਫੈਸਲੇ ਵੀ ਕਰਨ ਅਤੇ ਬੇਸ਼ੱਕ ਅਸਾਂ ਜਿਹੜਾ ਨਾ ਜੀ